ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ, ਪਿੰਡ ਸਨੇਰ, ਇਹ ਪਿੰਡ ਜੀਰਾ ਤਹਿਸੀਲ ਅਤੇ ਫਿਰੋਜ਼ਪੁਰ ਜ਼ਿਲ੍ਹੇ ਦਾ, ਜੀਰੇ ਦੇ ਬਿਲਕੁਲ ਨਾਲ ਹੀ ਰਹਿ ਜਾਂਦਾ, ਮਸਾਂ 3 ਕਿਲੋਮੀਟਰ ਸਾਈਡ 'ਤੇ ਹਟਵਾਂ ਪਿੰਡ। ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਹਾਂ, ਦੱਸੋ ਬਾਈ ਹੋਰੀ ਪਸ਼ੂ ਪਾਲਣ ਦਾ ਵੀ ਕੰਮ ਕਰਦੇ ਅਤੇ ਨਾਲ ਪਿਛਲੇ ਸਾਲ ਇੱਥੋਂ ਕੁਛ ਮਿਹਨਤੀ ਵੀਰਾਂ ਨੇ ਰਲ ਕੇ ਜਿਹੜਾ ਸਾਇਲੇਜ ਦਾ ਕੰਮ, ਮੱਕੀ ਜਿਹੜੀ ਕੁਤਰਨ ਦਾ ਕੰਮ ਸ਼ੁਰੂ ਕੀਤਾ ਸੀ, ਜਿਹਦੇ 'ਚ ਮਸ਼ੀਨਰੀ ਖਰੀਦੀ ਸੀ, ਜਿਵੇਂ ਇਹ ਟਰੈਕਟਰ ਤੁਸੀਂ ਦੇਖ ਰਹੇ ਹੋ। ਇਹ ਤੋਂ ਬਿਨਾਂ 4 ਓਰੇ ਲਿਜਾਣ ਵਾਲੀ ਮੱਕੀ ਕੁਤਰਨ ਵਾਲੀ ਮਸ਼ੀਨ ਚੰਨੀ ਕੰਪਨੀ ਦੀ, ਉਹ ਵੀ ਇਹਨਾਂ ਨੇ ਖਰੀਦੀ ਸੀ, ਅਤੇ ਸਿੰਗਲ ਰੋ ਵਾਲੀਆਂ ਮਸ਼ੀਨਾਂ ਵੀ ਕੁਛ ਲਈਆਂ ਸੀਗੀਆਂ। ਪਰ ਅੱਜ ਜਿਹੜੀ ਵੀਡੀਓ ਬਣ ਰਹੀ ਹੈ, ਉਹਦੇ 'ਚ ਇੱਕ ਤਾਂ ਇਹ ਟਰੈਕਟਰ ਬਾਈ ਹੋਰਾਂ ਨੇ ਵੇਚ ਦੇਣਾ, ਇਹ ਤੋਂ ਬਿਨਾਂ ਇਹਦੇ ਨਾਲ ਜਿਹੜੀ ਮਸ਼ੀਨ ਇੱਥੇ ਚੱਲਦੀ ਹੈ, 4 ਓਰੇ ਲਿਜਾਂਦੀ ਹੈ, ਉਹ ਵੀ ਵੇਚਣੀ ਹੈ। ਸੋ ਮੇਨ ਆਪਾਂ ਤੁਹਾਨੂੰ ਟਰੈਕਟਰ ਦਿਖਾ ਦਿਆਂਗੇ, ਮਸ਼ੀਨ ਦੀਆਂ ਫੋਟੋ ਜਾਂ ਵੀਡੀਓ ਉਹ ਅਲੱਗ ਤੋਂ ਬਾਈ ਹੋਰਾਂ ਤੋਂ ਮੰਗਵਾ ਲਿਓ, ਕਿਉਂਕਿ ਉਹ ਇੱਕ ਹੋਰ ਵੀਰ ਦੇ ਘਰ ਖੜੀ ਹੈ। ਸੋ ਤੁਹਾਨੂੰ ਟਰੈਕਟਰ ਸੰਬੰਧੀ ਜਾਣਕਾਰੀ ਲੈ ਕੇ ਦਿੰਦੇ ਹਾਂ, ਲਾਸਟ ਤੱਕ ਵੀਡੀਓ ਦੇਖ ਲਓ। ਜਿਹਨੂੰ ਇਹ ਟਰੈਕਟਰ ਜਾਂ ਉਹ ਮਸ਼ੀਨ ਪਸੰਦ ਆਉਂਦੀ ਹੈ, ਤਾਂ ਵੀਰ ਸੰਪਰਕ ਬਾਈ ਹੋਰਾਂ ਨਾਲ ਬਣਾ ਲਊਗਾ, ਤਸੱਲੀ ਤੁਸੀਂ ਕਰੋਗੇ। ਆਓ ਇਹਦੇ ਬਾਰੇ ਪਹਿਲਾਂ ਜਾਣਕਾਰੀ ਲਈਏ, ਅਤੇ ਫਿਰ ਆਪਾਂ ਇਹਨੂੰ ਸਟਾਰਟ ਕਰਕੇ ਵੀ ਤੁਹਾਨੂੰ ਦਿਖਾ ਦਿਆਂਗੇ। ਮਿਲਦੇ ਹਾਂ ਬਾਈ ਨੂੰ, ਕਰਦੇ ਹਾਂ ਗੱਲਬਾਤ। ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰ। ਨਾਮ ਆਪਣਾ ਦੱਸ ਦਿਓ ਬਾਈ। ਹਰਪ੍ਰੀਤ ਸਿੰਘ ਜੀ। ਹਰਪ੍ਰੀਤ ਬਾਈ, ਪਿਛਲੇ ਸਾਲ ਆਪਾਂ ਵੀਡੀਓ ਬਣਾਈ ਸੀਗੀ 2023 ਦੇ ਵਿੱਚ, ਇਹ ਇੱਕ ਟੀਮ ਵਰਕ ਜਿਹਾ ਸੀਗਾ, ਫਿਰ ਹੁਣ ਐਤਕੀ ਛੱਡਣ ਲੱਗੇ ਹੋ ਕੰਮ ਨੂੰ ਇਸ ਨੂੰ? ਵੀਰ ਜੀ, ਦੂਜਾ ਬਾਹਰ ਦਾ ਕਰੇਜ ਜ਼ਿਆਦਾ ਹੋਣ ਕਰਕੇ ਆਪਣੇ ਕੋਈ 2-3 ਬਾਹਰ ਚਲੇ ਗਏ। ਅੱਛਾ, ਟੀਮ ਵਰਕ ਦਾ ਕੰਮ ਹੈ, ਇਕੱਲੇ ਦੋ ਦਾ ਕੰਮ ਨਹੀਂ ਹੋਈ, ਠੀਕ ਹੈ, ਇਸੇ ਕਰਕੇ ਥੋੜਾ ਜਿਹਾ ਕੰਮ ਦਾ ਅੱਗਾ ਪਿੱਛਾ ਹੋਣ ਕਰਕੇ ਅੱਛਾ ਬੰਦੇ ਘੱਟ ਗਏ ਜੀ, ਉਹਦੇ ਕਰਕੇ ਅਸੀਂ ਸੇਲ ਕਰ ਰਹੇ ਹਾਂ। ਠੀਕ ਹੈ। ਅੱਛਾ, ਇੱਕ ਤਾਂ ਇਹ ਟਰੈਕਟਰ ਆਪਾਂ ਵੇਚਣਾ, ਇੱਕ ਤੋਂ ਬਿਨਾਂ ਜਿਹੜੀ 4 ਓਰੇ ਲਿਜਾਂਦੀ ਹੈ ਮੱਕੀ ਕੁਦਰਨ ਵਾਲੀ ਮਸ਼ੀਨ, ਉਹ ਵੇਚਾਂਗੇ ਨਾ? ਹਾਂਜੀ ਹਾਂਜੀ, ਚੰਨੀ ਵਾਲਿਆਂ ਦੀ ਮਸ਼ੀਨ। ਠੀਕ ਹੈ, ਜਿਹੜੇ ਸਿੰਗਲ ਰੋ ਵਾਲੀਆਂ ਮਸ਼ੀਨਾਂ ਉਹ ਤਾਂ ਕੋਲ ਰਹਿਣਗੀਆਂ? ਹਾਂਜੀ, ਉਹ ਆਪਣੇ ਕੋਲ ਹੈ ਜੀ, ਸ਼ਕਤੀਮਾਨ ਦੀਆਂ 2 ਮਸ਼ੀਨਾਂ, ਜੇ ਕਹਿੰਦਾ ਸਾਇਲੇਜ ਪਾਉਣਾ ਵੀ ਆਪਣਾ ਸੰਪਰਕ ਕਰ ਸਕਦਾ ਜੀ। ਠੀਕ ਹੈ, ਉਹਦੇ ਲਈ ਸੰਪਰਕ ਕਰ ਲਏ, ਇਹ ਆਪਾਂ ਸੇਲ ਕਰ ਦਿਆਂਗੇ। ਹਾਂਜੀ, ਇਹ ਟਰੈਕਟਰ ਬਾਰੇ ਜੇ ਆਪਾਂ ਗੱਲ ਕਰੀਏ ਬਾਈ, ਤੇ ਕਿਹੜਾ ਮਾਡਲ ਹੈ ਇਹ? 23 ਮਾਡਲ ਟਰੈਕਟਰ ਜੀ, ਪਿਛਲੇ ਸਾਲ ਹੀ ਲਿਆ ਸੀ ਨਵਾਂ, ਤੇ 23 ਮਾਡਲ ਦੀ ਮਸ਼ੀਨ ਆਪਣੇ ਚੰਨੀ ਵਾਲਿਆਂ ਦੀ। ਠੀਕ ਹੈ, ਦੋਨੇ ਚੀਜ਼ਾਂ ਜਾਨੀ ਨਵੀਆਂ ਹੀ ਲਈਆਂ ਸੀ? ਹਾਂਜੀ ਹਾਂਜੀ। ਠੀਕ ਹੈ, 23 ਮਾਡਲ ਦਾ ਤਾਂ ਫਿਰ ਚੱਲਿਆ ਬਹੁਤ ਥੋੜਾ ਹੀ ਹੋਣਾ। ਹਾਂਜੀ, 535 ਘੰਟੇ ਚੱਲਿਆ ਜੀ। 535 ਘੰਟੇ ਚੱਲਿਆ? ਹਾਂਜੀ। ਕਿੰਨੇ ਹਾਰਸ ਪਾਵਰ ਹੈ ਇਹ? 90 ਹਾਰਸ ਪਾਵਰ ਹੈ। 90 ਹਾਰਸ ਪਾਵਰ ਹੈ, ਠੀਕ ਹੈ। ਅੱਛਾ, ਇਹ ਸੋਨਾਲੀਕਾ ਕੰਪਨੀ ਦਾ, ਤੇ ਇਹਦੀ ਤਾਂ ਆਰਸੀ ਵਗੈਰਾ ਫਿਰ ਆਪਣੇ ਨਾਂ ਤੇ ਹੀ ਹੋਣੀ? ਹਾਂਜੀ ਹਾਂਜੀ। ਠੀਕ ਹੈ, ਕੀ ਕੀਮਤ ਰਹੂਗੀ ਬਈ ਇਹਦੀ, ਕਿੰਨੇ ਦਾ ਦੇ ਦਿਆਂਗੇ? ਕੀਮਤ ਫੋਨ ਤੇ ਕਰ ਲਾਂਗੇ। ਕੀਮਤ ਫੋਨ ਤੇ ਹੋ ਜੂਗੀ? ਹਾਂਜੀ। ਠੀਕ ਹੈ, ਸੋ ਦੱਸੋ ਕੀਮਤ ਫੋਨ ਦੇ ਉੱਤੇ ਬਾਈ ਹੋਰੀ ਦੱਸਣਗੇ। 535 ਘੰਟੇ ਸਿਰਫ ਚੱਲਿਆ। ਸੋ ਬਿਲਕੁਲ ਨਵਾਂ ਟਰੈਕਟਰ ਹੈ ਇਹ, ਤੁਸੀਂ ਟਾਇਰਾਂ ਦੇ ਉੱਤੇ ਵੀ ਦੇਖੋਗੇ ਜਿਹੜਾ ਇਹਦੀਆਂ ਨਵੇਂ ਦੀਆਂ ਨਿਸ਼ਾਨੀਆਂ ਹੁੰਦੀਆਂ ਉਸੇ ਤਰ੍ਹਾਂ ਹੀ ਹੈ। ਸੋ ਸਿਰਫ 535 ਘੰਟੇ ਚੱਲਿਆ ਪਿਛਲਾ ਸੀਜ਼ਨ, ਜਾਨੀ ਇਹਨਾਂ ਨੇ ਮੱਕੀ ਕੁਤਰਨ ਵਾਲਾ ਇਸ ਟਰੈਕਟਰ ਦੇ ਨਾਲ ਲਾਇਆ, ਤੇ ਚੰਨੀ ਕੰਪਨੀ ਦੀ ਮਸ਼ੀਨ, ਉਹ ਵੀ 23 ਮਾਡਲ ਹੀ ਹੈ, ਉਹ ਵੀ ਫੋਰ ਸੇਲ ਹੈ। ਸੋ ਮੀਟਰ ਵੀ ਦੱਸੋ, ਤੁਸੀਂ ਵੇਖ ਸਕਦੇ ਹੋ 535 ਘੰਟੇ ਜਿਹੜੇ ਉਹ ਇਹ ਚੱਲਿਆ ਸਿਰਫ, ਤੇ ਟਰੈਕਟਰ ਬਾਈ ਹੋਰਾਂ ਨੇ ਵੇਚਣਾ, ਬਿਲਕੁਲ ਨਵਾਂ ਟਰੈਕਟਰ ਹੈ ਇਹ, ਕਿਉਂਕਿ ਪਿਛਲੇ ਸਾਲ ਹੀ ਲਿਆ, ਆਪਾਂ ਨੂੰ ਪਤਾ ਵੀ 23 ਮਾਡਲ ਤਾਂ ਇਹ ਬਿਲਕੁਲ ਨਵਾਂ ਹੀ ਹੋਊਗਾ। ਅੱਛਾ ਬਾਈ, ਫਿਰ ਜਦੋਂ ਆਪਾਂ ਲਿਆਂਦਾ ਮਸ਼ੀਨ ਚਲਾਉਣ ਵਾਸਤੇ, ਫਿਰ ਕੁਛ ਇਹਦੇ ਨਾਲ ਵੱਖਰਾ ਵੀ ਲਵਾਉਣਾ ਪਿਆ, ਜਿਵੇਂ ਬੈਕ ਸਾਈਡ ਤੇ ਵੀ ਇੱਕ ਸਟੇਅਰ ਲੱਗਾ ਜੀ ਆਪਣੇ, ਤੇ ਲੈਫਟ ਨੂੰ ਜੈਕ ਲੱਗੇ ਹੋਏ ਆ, ਇਹਦੇ ਨਾਲ ਟਰੈਕਟਰ ਝੋਲ ਨਹੀਂ ਮਾਰਦਾ ਜੀ। ਠੀਕ ਹੈ, ਇੱਕ ਵੇਟ ਫੁੱਲ ਪਏ ਹੋਏ ਆ ਮੂਰੇ ਦੀਵਾਰਾਂ ਲੈ ਕੇ।
ਅੱਛਾ ਠੀਕ ਹੈ, ਕੰਪਨੀ ਵੱਲੋਂ ਘੱਟ ਆਉਂਦੇ ਜੀ, ਹੈਲਨ ਦੀ ਦਿੱਕਤ ਨਹੀਂ ਆਉਂਦੀ ਇਹ ਚ ਕੁਛ। ਠੀਕ ਹੈ, ਇਹ ਸਾਰੀ ਅਸੈਸਰੀ ਫਿਰ ਨਾਲ ਟਰੈਕਟਰ ਦੇ ਆਪਾਂ ਦੇਵਾਂਗੇ। ਹਾਂਜੀ ਹਾਂਜੀ, ਇੱਕ ਹੋਰ ਚੀਜ਼ ਹੈ ਜੀ, ਅੰਦਰ ਜਿਹੜੀ ਥੱਲੇ ਸਪੋਰਟ ਲੱਗੀ ਹੈ ਜੀ, ਸਪੈਸ਼ਲ ਲਵਾਈ ਗਈ ਹੈ। ਅੱਛਾ, ਉਹ ਵੀ ਟੁੱਟਣ ਦਾ ਕਾਰਨ ਬਹੁਤ ਬਣਿਆ ਟਰੈਕਟਰ ਪਿਛਲੇ ਸੀਜ਼ਨ, ਅੱਛਾ ਤੇ ਚੱਲਦੇ ਉਹਦੇ ਕਰਕੇ ਸਪੈਸ਼ਲ ਸਪੋਰਟ ਲਵਾਈ ਗਈ। ਠੀਕ ਹੈ, ਉਹ ਆਪਾਂ ਦਿਖਾਈ ਦਿੰਦੇ ਹਾਂ। ਹਾਂਜੀ ਦੱਸੋ, ਇਹ ਸਪੋਰਟ ਜਿਹੜੀ ਬਾਈ ਹੋਰਾਂ ਨੇ ਲਵਾਈ ਹੈ ਵੀ ਟਰੈਕਟਰ, ਕਿਉਂਕਿ ਮਸ਼ੀਨ ਦਾ ਵੇਟ ਬਹੁਤ ਹੁੰਦਾ ਤਾਂ ਉਹ ਟੁੱਟੇ ਨਾ, ਟਰੈਕਟਰ ਦਾ ਕੋਈ ਨੁਕਸਾਨ ਨਾ ਹੋਵੇ। ਸਪੋਰਟ ਵੱਖਰੀ ਲਵਾਈ ਹੈ, 4x4 ਟਰੈਕਟਰ ਹੈ, 90 horsepower ਹੈ, DI ਟਰੈਕਟਰ ਹੈ ਦੱਸੋ ਇਹ, ਸੋਨਾਲੀਕਾ ਕੰਪਨੀ ਦਾ। ਬਾਕੀ ਇੱਧਰੋਂ ਤੁਸੀਂ ਵੇਖੋ ਵੀ ਸਟੇਅਰਿੰਗ, ਕਿਉਂਕਿ ਮਸ਼ੀਨ ਚੱਲਣੀ ਸੀ ਤਾਂ ਉਹਦੇ ਕਰਕੇ ਵੱਖਰੀ ਲਵਾਤੀ। ਇਹ ਤੋਂ ਬਿਨਾਂ ਤੁਸੀਂ ਵੇਖੋਗੇ ਲੈਂਕਾਂ ਦੇ ਨਾਲ ਜਿਹੜੇ ਉਹ ਪੰਪ ਵੀ ਬਾਈ ਹੋਰਾਂ ਨੇ ਲਵਾਤੇ ਹੈ। ਸੋ ਇਹ ਸਾਰਾ ਕੁਛ ਇਹਦਾ ਇਸ ਤਰੀਕੇ ਨਾਲ ਇਹਨੂੰ ਬਣਾ ਲਿਆ ਸੀਗਾ ਵੀ ਜਿਹੜਾ ਮਸ਼ੀਨ ਜੋ ਚੱਲੇ ਤੇ ਕੋਈ ਦਿੱਕਤ ਨਾ ਆਵੇ। ਪਿਛਲਾ ਸੀਜ਼ਨ ਇਹਨਾਂ ਨਾਲ ਮੱਕੀ ਇਹਦੇ ਨਾਲ ਕੁਤਰੀ ਵੀ ਹੈ। ਸੋ ਜਿਹਨੇ ਲਿਜਾਣਾ ਸੀਜ਼ਨ ਹੁਣ ਆ ਗਿਆ ਤੇ ਤੁਸੀਂ ਸਿੱਧਾ ਇਹਦੇ ਨਾਲ ਮਸ਼ੀਨ ਤੇ ਇਹਦਾ ਸੌਦਾ ਕਰਕੇ ਲੈ ਜਾਓਗੇ ਤੇ ਭਾਵੇਂ ਸਿੱਧਾ ਵਾਹਨ ਚ ਜੋੜ ਲਿਓ, ਕੋਈ ਦਿੱਕਤ ਨਹੀਂ, ਸਾਰਾ ਕੁਛ ਰੈਡੀ ਹੈ ਇਹਦਾ। ਸੋ ਇਹ ਟਰੈਕਟਰ ਬਾਈ ਹੋਰਾਂ ਨੇ ਵੇਚਣਾ ਤੇ ਇਹ ਤੋਂ ਬਿਨਾਂ ਮਸ਼ੀਨ ਬਾਰੇ ਤੁਹਾਨੂੰ ਦੱਸਤਾ, ਉਹਦੀਆਂ ਫੋਟੋ ਮੈਂ ਸ਼ੇਅਰ ਕਰੂੰਗਾ ਨਾਲ। ਵੈਸੇ ਵੀ ਤੁਸੀਂ ਬਾਈ ਹੋਰਾਂ ਤੋਂ ਫੋਟੋ ਉਹਦੀਆਂ ਮੰਗਾ ਲਓਗੇ, ਇਹ ਚੀਜ਼ਾਂ ਜੋ ਸੀ ਤੁਹਾਨੂੰ ਦਿਖਾਤੀਆਂ। ਇੱਕ ਜੈਪਸੀ ਬਾਈ ਹੋਰਾਂ ਕੋਲ ਹੈ, ਇਹ ਵੀ ਇਹਨਾਂ ਨੇ ਵੇਚ ਦੇਣੀ ਹੈ। ਬਈ ਇਹ ਜੈਪਸੀ ਤਾਂ ਖੜੀ ਲੱਗਦੀ ਹੈ ਜਿਹੜੇ ਹਿਸਾਬ ਤੇ ਕਿ ਚਾਲੂ ਹਾਲਤ ਚ, ਵੈਸੇ ਚਾਲੂ ਹਾਲਤ ਚ ਘੱਟ ਹੀ ਵਰਤਦੇ ਹੋਣਗੇ ਫਿਰ ਇਹਨੂੰ। ਹਾਂਜੀ ਠੀਕ ਹੈ, ਇਹ ਨਾਲ ਹੀ ਸਮਾਨ ਸਮੂਨ ਲਿਆਉਣ ਨੂੰ ਰੱਖੀ ਸੀ। ਅੱਛਾ, ਮਗਰ ਜਾਣ ਨੂੰ ਮਸ਼ੀਨ ਦੇ ਡੀਜ਼ਲ ਡੀਜ਼ਲ ਵਗੈਰਾ ਨੂੰ ਆਪਾਂ ਨੂੰ ਬਹੁਤ ਫਾਇਦਾ ਵਾ। ਠੀਕ ਹੈ, ਹਾਂਜੀ। ਅੱਛਾ, ਇਹ ਕੀ ਕੀਮਤ ਚ ਦੇ ਦੇਵਾਂਗੇ? ਇਹ ਕੀਮਤ ਇਹਦੀ ਫੋਨ ਤੇ ਕਰ ਲਾਂਗੇ ਚਾਲੂ ਹਾਲਤ ਚ। ਠੀਕ ਹੈ, ਦੱਸ ਦਾਂਗੇ। ਸੋ ਦੱਸੋ ਕੀਮਤ ਇਹਦੀ ਬਾਈ ਵਾਰੀ ਫੋਨ ਤੇ ਦੱਸ ਦੇਣਗੇ, ਚਾਲੂ ਹਾਲਤ ਚ ਹੈ। ਬਾਕੀ ਤੁਸੀਂ ਆ ਕੇ ਚਲਾ ਕੇ ਦੇਖ ਲਓ, ਇਸ ਟਾਈਮ ਜਿਵੇਂ ਇਹ ਖੜੀ ਹੈ ਤਾਂ ਉਹ ਤੁਹਾਨੂੰ ਇਹ ਦਿਖਾਤੀ ਹੈ। ਸੋ ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਫਿਲਹਾਲ ਇਹ ਇੱਕ ਦੋ ਆਈਟਮਾਂ ਸੀਗੀਆਂ ਜਿਹੜੀਆਂ ਤੁਹਾਨੂੰ ਮੈਂ ਦਿਖਾਉਣੀਆਂ ਸੀ। ਸੰਪਰਕ ਤੁਸੀਂ ਬਾਈ ਹੋਰਾਂ ਨਾਲ ਬਣਾ ਸਕਦੇ।